ਫਕੀਰਾਂ ਨੂੰ ਇਹ ਚੋੜਾ ਐਵੇਂ ਨਹੀਂ ਮਿਲ ਗਿਆ ਫਕੀਰ ਫਕੀਰੀ ਵਾਲਾ ਚੋੜਾ ਵੀ ਅਲੱਗ ਹੁੰਦਾ ਕਿਉਂਕਿ ਮੈਨੂੰ ਪਤਾ ਲੱਗਿਆ ਕਿ ਜਦੋਂ ਤੋਂ ਗੀਤਾ ਬਾਬਾ ਜੀ ਨੂੰ ਫਕੀਰੀ ਮਿਲੀ ਹੈ ਨਾ ਉਦੋਂ ਤਾਂ ਸੂਟ ਨਹੀਂ ਪਾ ਕੇ ਦੇਖਿਆ ਇਹ ਫਕੀਰਾਂ ਵਾਲਾ ਚੋੜਾ ਹੀ ਪਾਇਆ ਇੱਕ ਵਾਰੀ ਦੋਨੋਂ ਹੱਥ ਖੜੇ ਕਰਕੇ ਦਿਖਾਓ ਦੋਨੋਂ ਹੱਥ ਉੱਤੇ ਚੱਕ ਜਾਣਾ ਫਕੀਰਾਂ ਦਾ ਮੈਨੂੰ ਲੱਗਦਾ ਕਿ ਚੌਥਾ ਜਨਮ ਹੈ ਹਲੇ ਸੱਤ ਜਨਮਾਂ ਤੱਕ ਹੋਰ ਇਸੇ ਤਰ੍ਹਾਂ ਤੁਹਾਨੂੰ ਇਹਨਾਂ ਨੇ ਤੁਹਾਡੇ ਦੁੱਖ ਦਲਿੱਦਰ ਦੂਰ ਕਰਦੇ ਜਾਣਾ ਇੱਕ ਵਾਰੀ ਦੋਨੋਂ ਹੱਥ ਖੜੇ ਕਰਕੇ ਦਿਖਾਓ ਸਾਰੀ ਸੰਗਤ ਇਹ ਧੂਣੇ ਦੇ ਉੱਪਰ ਬੈਠ ਕੇ ਤਪੱਸਿਆ ਕਰਨੀ ਬੜੀ ਔਖੀ ਹੈ ਆਹ ਦੇਖੋ ਅੱਜ ਪਤਾ ਲੱਗ ਰਿਹਾ ਕਿ ਦਿੱਲੀ ਦੇ ਵਿੱਚ ਪੌਣਾ ਹਰੀ ਦੇ ਨਾਮ ਦਾ ਮੇਲਾ ਹੋ ਰਿਹਾ ਲੋਕ ਬੈਂਡ ਬਾਜਿਆਂ ਦੇ ਨਾਲ ਭੰਗੜੇ ਪਾਉਂਦੇ ਹੋਏ ਬਾਬਾ ਜੀ ਦੇ ਦਰਬਾਰ 'ਤੇ ਆ ਰਹੇ ਹੈ ਕਿਆ ਬਾਤ ਹੈ ਜੀ ਜਿਨ੍ਹਾਂ ਦੇ ਘਰ ਦੇ ਵਿੱਚ ਪੌਣਾ ਹਰੀ ਨੇ ਸੋਨਾ ਜਿਹਾ ਲਾਲ ਬਖਸ਼ਿਆ ਬੇਟਾ ਬਖਸ਼ਿਆ ਉਹ ਬੈਂਡ ਬਾਜਿਆਂ ਦੇ ਨਾਲ ਮੇਰੇ ਪੌਣਾ ਹਰੀ ਦੇ ਦਰਬਾਰ ਤੇ ਆਏ ਨੇ ਇੱਕ ਵਾਰੀ ਦੋਨਾਂ ਹੱਥ ਖੜੇ ਕਰਕੇ ਤਾੜੀਆਂ ਸਾਡੇ ਦੱਸਿਆ
ਬੇਨਤੀ ਕਰਾਂਗਾ।